हेलो एवरीवन, गुड मॉर्निंग जी, सत श्री अकाल जी। क्लेयर फैमिली ब्लॉग में तुहाडा स्वागत है जी। होर सुनाओ जी, की हाल चाल ने? मैं ठीक हाँ जी, उम्मीद है तुसी भी ठीक होवोगे, तंदुरुस्त होवोगे अपने अपने घर दे विच। ते ब्लॉग जिहड़ा मेरा एक इत्थे एंड कीता सी ते दूसरा स्टार्ट करता। अज मैं कणक धोती सीगी ते अपना दिन हैगा जी अज मंगलवार, तरीक हैगी अज 16 मई। चलो जी, कपड़े अज मैं ड्रायर नहीं किए है, लाइट चली गई सी मशीन दे विच, तां पाए सी ड्रायर करन लई पर लाइट चली गई सी ते फिर हत्थां दे नाल ही निचोड़ निचोड़ के पाउणे पै गए। हुण तां इह वी औखे लगदे है ना, मैनूं लगदा इह वी वर्जिश हुंदी सी अपनी इक, है ना, जदों आपां हत्थां दे नाल कपड़े निचोड़दे सी ना, मतलब वर्जिश हुंदी सी इक। हुण तां चलो मशीन दे विच सुका के पा दिंदे आ। हेलो जी, सत श्री अकाल जी, क्लीयर फैमिली ब्लॉग में तुहाडा स्वागत है जी। होर सुनाओ जी, की हाल चाल ने? मैं ठीक हाँ जी, उम्मीद है जी तुसी भी ठीक होवोगे, खुश होवोगे, खुशहाल होवोगे। तो सुबह ही ब्लॉग मेरा स्टार्ट हो गया सी, पर हुण शाम के टाइम कंटिन्यू करूँगे। तो एक कमेंट आया सी, किन्ना दा सी वो, शायद की नाम सीगा उन्हां दा, जसविंदर कुमार शायद, हाँ। पर उन्होंने पूछा सी भी जिहड़ी दवाई अखां वाली फ्लेयर साहब पाउंदे ने वो कितों मंगवाई सी। वैसे तो मैं उन्होंने सेंड करता सी, जे किसी ने होर भी है ना चलो मंगाने होंगे तो आ देखो उन्हों का एड्रैस, स्क्रीन शॉट ले लियो, राणा साहब वाली बाबा जी ने स्क्रीन शॉट ले लियो, मतलब इस एड्रैस पर जाना, दवाई लैनी है, बहुत वधिया दवाई है, एनक लै जांदियां ने, जिहदे भी एनक लगी हुंदी आ, पर दवाई बहुत वधिया 200 के बच्चे, दो आ वाली शीशियां ने जी पीन वाली, हाँ सॉरी अखा चुपाने वाली, वाली दो शीशे मिलते हैं 200 के बच्चे, दो मिलते हैं शायद पीन वाली हैगी उन्हें कोई दवाई हो शीशी जी पीन वाली है, एक शीशी पाई सी पूरी उधर पाई है, मैं क्या कि दुकान करो तो नाल ताकत की दवाई भी मिलती हैगी। ਅਤੇ ਬਾਕੀ ਇਹ ਦੋ ਸ਼ੀਸ਼ੀਆਂ, ਜੇ ਕਿਸੇ ਨੇ ਜਾਣਾ ਤਾਂ ਭਵਾਨੀਗੜ੍ਹ ਥਾਣੇ ਦੇ ਸਾਹਮਣੇ, ਹੈ ਨਾ, ਗਲੀ ਹੈਗੀ ਨਾਲ ਹੀ ਹੈਗੀ ਗਲੀ ਥਾਣੇ ਦੇ ਸਾਹਮਣੇ, ਅਤੇ ਤੁਸੀਂ ਜਾ ਕੇ ਦਵਾਈ ਲੈ ਕੇ ਆ ਸਕਦੇ ਹੋ। ਅਤੇ ਚਲੋ ਬਲੌਗ ਨੂੰ ਆਪਾਂ ਕਰਦੇ ਹਾਂ ਕੰਟੀਨਿਊ, ਕਰੀਏ ਸਟਾਰਟ ਕਰੀ, ਕਿਉਂਕਿ ਸੁਬਾਹ ਇੱਕ ਕਲਿੱਪ ਹੀ ਬਣੀ ਸੀ, ਕੰਟੀਨਿਊ ਕਰਾਂਗੇ ਹੁਣ ਸ਼ਾਮ ਦੇ ਟਾਈਮ, ਦੇਖਦੇ ਹੁਣ ਖਾਣਾ ਪੀਣਾ ਕੀ, ਹੁਣ ਸਬਜ਼ੀ ਸੁਬਜ਼ੀ ਕੀ ਲੈ ਕੇ ਆਉਂਗੇ, ਦੇਖ ਲਓ ਕੀ ਖਾਣਾ ਹੈ, ਕੋਈ ਵੀ ਲੈ ਆਓ, ਟਾਈਮ ਨਾਲ ਲਿਆ ਦਿਓ, ਪਹਿਲਾਂ ਮੈਂ ਬੈੱਡਸ਼ੀਟ ਚੇਂਜ ਕਰ ਦਿਓ, ਸੁਬਾਹ ਟਾਈਮ ਨਹੀਂ ਲੱਗਿਆ ਅਤੇ ਫਟਾਫਟ ਇਹ ਹੋ ਜਾਂਦਾ ਵੀ ਕੰਮ ਕਰ ਲਈ, ਦੋ ਦਿਨ ਹੋ ਗਏ ਸਾਡੇ ਬਿਜਲੀ ਦਾ ਕੱਟ ਲੱਗਦਾ, ਲਾਈਨ ਵਗੈਰਾ ਚੇਂਜ ਹੁੰਦੀ ਹੈ, ਪਤਾ ਨਹੀਂ ਕੁਛ ਕਰਦੇ ਨੇ ਬਿਜਲੀ ਦਾ ਕੰਮ, ਸ਼ਾਇਦ ਲਾਈਨ ਮੈਂ ਕਹਿੰਦੇ ਨੇ ਵੀ ਉਹ ਚੇਂਜ ਕਰਦੇ, ਪਤਾ ਨਹੀਂ ਤਾਰਾਂ ਤੂਰਾਂ ਕੁਛ ਇਸ ਤਰ੍ਹਾਂ ਹੀ ਹੁੰਦਾ ਬਦਲਦੇ ਨੇ। ਅਤੇ ਚਲੋ ਜੀ, ਹੁਣ ਮੈਂ ਬੈੱਡਸ਼ੀਟਾਂ ਦੋਨੋਂ ਬਦਲ ਦਿੰਦੀ, ਫਿਰ ਸੁਬਾਹ ਇਹ ਆ ਵੀ ਜਲਦੀ ਮਸ਼ੀਨ ਲਾਈ ਜਾਂਦੀ, ਕੱਪੜੇ ਧੋਤੇ ਜਾਂਦੇ ਨੇ, ਉਦੋਂ ਮਤਲਬ ਫਿਰ ਕੁਸ਼ਨ ਕਵਰ ਚੜ੍ਹਾਉਂਦੀ ਵੀ ਕੌਲ ਹੋ ਜਾਂਦੀ ਹੈ, ਹੁੰਦਾ ਸੁਬਾਹ ਵੀ ਆਪਾਂ ਪਾਣੀ ਦਾ ਕੰਮ ਆ ਜਿਹੜਾ ਉਹ ਖਤਮ ਕਰ ਲਈਏ ਪਹਿਲਾਂ, ਜੇ ਹੁਣ ਇਹ ਬਦਲ ਕੇ ਹੁਣ ਰੱਖ ਦੂੰ ਸੁਬਾਹ ਇਹਨਾਂ ਨੂੰ ਮੈਂ ਮਸ਼ੀਨ 'ਚ ਪਾ ਦੂੰਗੀ, ਧੋਣ ਦੇ ਲਈ ਅਤੇ ਆਪਣੇ ਹੋਰ ਕੰਮ ਕਰ ਲਊਂਗੇ ਜੀ। ਚਲੋ ਜੀ, ਚੱਲਦੇ ਹਾਂ, ਕਰਦੇ ਹਾਂ ਵੀਡੀਓ ਨੂੰ ਕੰਟੀਨਿਊ, ਪਹਿਲਾਂ ਬੈੱਡ ਸ਼ੀਟ ਆਪਾਂ ਚੇਂਜ ਕਰਦੇ ਹਾਂ ਜੀ। ਅੱਜ ਆਪਾਂ ਇਹ ਵਾਲੀ ਬੈੱਡ ਸ਼ੀਟ ਵੀ ਕਰਾਂਗੇ ਚੇਂਜ, ਅਤੇ ਕਮੈਂਟ ਆਇਆ ਸੀ, ਮੈਨੂੰ ਉਹਦਾ ਨਾਮ ਭੁੱਲ ਗਈ ਗੁੜੀਆ ਦਾ, ਅਤੇ ਉਹਨੇ ਕਿਹਾ ਸੀ ਵੀ ਤੁਸੀਂ ਆਂਟੀ ਜੀ ਬੈੱਡ ਸ਼ੀਟ ਉਹੀ ਵਿਛਾ ਦਿਓ, ਲਓ ਬੇਟਾ ਆਪਾਂ ਅੱਜ ਬੈੱਡ ਸ਼ੀਟ ਚੇਂਜ ਕਰਦੇ ਹਾਂ, ਉਹੀ ਵਿਛਾਵਾਂਗੇ ਜਿਹੜੀ ਆਪਾਂ ਬਣਾਈ ਸੀ। ਅਤੇ ਇੱਥੇ ਕਲੇਰ ਸਾਹਿਬ ਨੇ ਪਾਈ ਸੀ ਅੱਖਾਂ 'ਚ ਦਵਾਈ, ਅਤੇ ਉਹ ਦਵਾਈ ਪਾ ਕੇ ਨਾ ਇੱਕ ਵਾਰ ਤਾਂ ਮਤਲਬ ਪੂਰੀ ਦਵਾਈ ਜਿਹੜੀ ਲੱਗਦੀ ਹੈਗੀ ਇਹ, ਪਰ ਦਵਾਈ ਬਹੁਤ ਵਧੀਆ, ਤੁਸੀਂ ਨਾ ਇਹ ਸਕਰੀਨ ਸ਼ੋਟ ਲੈ ਲਿਓ ਜੇ ਕਿਸੇ ਨੇ ਵੀ ਦਵਾਈ ਲੈਣ ਜਾਣਾ ਗਾ। ਦੇਖੋ ਪ੍ਰੋਬਲਮ ਅੱਖਾਂ ਦੀ ਸਭ ਨੂੰ ਹੋਈ ਹੈਗੀ, ਹੈ ਨਾ, ਸਾਰਿਆਂ ਨੂੰ ਇਹ ਪ੍ਰੋਬਲਮ ਹੋਈ ਪਈ, ਨਿਗਾਹ ਸਭ ਦੀ ਘੱਟਦੀ ਜਾਂਦੀ ਹੈਗੀ, ਅਤੇ ਛੋਟੇ ਛੋਟੇ ਬੱਚਿਆਂ ਦੀ ਨਿਗਾਹ ਵੀ ਘੱਟਦੀ। ਇੱਥੇ ਨਾ ਕਹਿੰਦੇ ਨੇ ਵੀ ਇਹ ਬਾਬਾ ਜੀ ਰਾੜਾ ਸਾਹਿਬ ਵਾਲੇ ਨੇ ਵੀ ਐਨਕ ਆ ਜਿਹੜੀ ਲੈ ਜਾਂਦੀ ਆ, ਮਤਲਬ ਕਿੰਨੀ ਵੱਡਾ ਨੰਬਰ ਹੋਵੇ ਐਨਕ ਆ ਜਿਹੜੀ ਲੈ ਜਾਂਦੀ ਹੈਗੀ। ਇੱਥੇ ਤੁਸੀਂ ਜ਼ਰੂਰ ਜਾਇਓ ਜੀ ਜੇ ਤੁਹਾਡੇ 'ਚੋਂ ਵੀ ਕਿਸੇ ਦੀ ਵੀ ਨਿਗਾਹ ਘੱਟ ਆ, ਪਰ ਕਲੇਅਰ ਸਾਹਿਬ ਨੂੰ ਡਾਕਟਰ ਨੇ ਦੋਨੋਂ ਅੱਖਾਂ ਦੇ ਵਿੱਚ ਲੈਂਜ ਦੱਸਿਆ ਸੀ, ਪਰ ਉਹ ਠੀਕ ਨਹੀਂ। ਬੈੱਡ ਸ਼ੀਟਾਂ ਮੈਂ ਕਰਤੀਆਂ ਚੇਂਜ, ਅਤੇ ਇਹ ਵਾਲੀ ਵੀ ਪ੍ਰੈਸ ਨਹੀਂ ਮੈਂ ਕਰੀ ਜਿਹਨਾਂ 'ਚੋਂ ਕੋਈ ਵੀ, ਅਤੇ ਬਸ ਇਸ ਤਰ੍ਹਾਂ ਹੀ ਆ, ਆਹ ਦੇਖੋ ਇਹ ਵਾਲੀ ਵੀ ਅਤੇ ਇਹ ਵਾਲੀ ਵੀ ਦੇਖੋ। ਅਤੇ ਅੱਜ ਕੁਛ ਪਿੱਲੋ ਨੇ ਜਿਹੜੇ ਮੈਂ ਕਵਰ ਉਹ ਨਿਊ ਰੱਖੇ ਨੇ, ਸ਼ਾਇਦ ਇੱਕ ਅੱਧੀ ਵਾਰ ਪਹਿਲਾਂ ਵੀ ਰੱਖੇ ਹੋਣ, ਪਰ ਇਹ ਇਹਨਾਂ ਦੇ ਨਹੀਂ ਹੈਗੇ ਕਵਰ, ਇਹ ਗੋਲ ਥੋੜ੍ਹੀ ਨਾ ਹੀ ਗੋਲ ਸ਼ੇਪ ਆ, ਅਤੇ ਇਹ ਥੋੜ੍ਹੇ ਜਿਹੇ ਹੋਰ
बनाए से भी मैं खुद बनाए हुए ने गे देखो बल वगैरह पा के ना फ्रिल मंगू फिर बनाए हुए ने इस तरह के इन्हें मैं बनाऊंगी पिल्लो फिर कॉटन देखते हैं जी मेरे को हो देखो कलर कॉम्बीनेशन वधिया हो गया है ना हुण जैलो जहा सोहना लगन लग गया इन्होंने कुछ ना लो जी फाइनली दोनों आप बैडशीटा कर दी जी चेंज तो इधर भी दिखा दें सुन हाँ देखो इधर भी ठीक है जी सारा साफ सफाई आ ओके आ टैडी मेरे सारे धो के रखे हुए नेगे एक रहा बस आवड़ ये अजक निशान को निशान देता से यह मैं वो कल भुल गया लैके जाऊगा बाकी चंगी तरह साफ ने जी सारा रूम ही दिखा दें सुन इस तरह दिखता बस इतों आ वाली साइड टैडी बियर इधर बस देखो एल ई डी आ गई उपर तो इधर बस मेरे दो नौ आ गए जेडे बैड हाँ देखो तो इधर बस देखो सोफा भी मेरा क्लीन आ बस अजक ना थोड़ा जहरिया करके आँदा करता मैं दो तीन बार साफ सफाई कर दिनी लो जी आप थोड़े जो ना पड़ते हटा दें थोड़ी हवा भी पैनी जरूरी है रूम पूरे घर न थोड़े पर्दे करते कट्ठे तो हजे बाहर देखो मेरे कपड़े सुकने पाए हुए है मतलब उतारने ने तार तो कणक भी धोती हुई है देख सकते हो तुम देखो तो बाहर का व्यू बहुत सोहना है इस तरह इतों देखो ए लगता भी निम्मे टहनिया ने जिहड़ियां शीशे के बिल्कुल नाल ही लगे हुई ने जबकि बहुत दूर ने इत तो देखो इस तरह इंडोर प्लांट भी दिखा दें देखो ये हैगा जी सोंग ऑफ इंडिया मैं कैमरा हो करना लो जी ये हैगा सोंग ऑफ इंडिया एक कमेंट आया हो इंडोर प्लांट भी दिखाओ तो ये थोड़ा पता है जी जेड प्लांट आ बस एक मैं रखी हुई एज अ सो पीस दिल्ली बर्ड्स तो स्पैरो जी रबर प्लांट देखो डस्ट किन्नी पै गई अज ही नहीं मैं इन्होंने साफ कर डस्ट पई पी आ क्योंकि हम हने बहुत ज़्यादा रात चली है तो करके हो गया यह हैगा जी पेंस पेंसिल कैक्टस तेनू सुख शांति भी कहें नाम शायद पीस लिली है पर पक्का पता नहीं मैं शायद पीस लिली हुई है फ्लावर भी ये वाइट कलर के जा कुछ होर कलर के भी शायद आते हैं तो यह हैगा जी एरिका पाम यदा मैं नाम नहीं पता ये शायद पता नहीं नाम मैं भुल गई याद आ गया दोबारा दस दूंगी देखो बस यही प्लांट ने जी कुछ इधर भी है गया उधर भी बस एक जेड प्लांट रखे हुआ तो वो जड़ा वड्डा पॉट आ वह भी डी आई वाई है जी मैं खुद बनाया हुआ वो मेरा मनी प्लांट लगे है मिरर ने वो भी डी आई वाई ने लो जी बैडशीट चेंज करने तो बाद मैं कपड़े वगैरह उतारे तार तो कणक धोती से वह कट्ठी करी है कद्दू वगैरह कट्टिया तो हूँ आप फाइनली सब्जी रखते हैं तो मसाला मैं कुंडे के कुट लिया तो बस हूँ ये मसाले ही आप के भुनना गा कद्दू कट के चंगी तरह धो के मैं रख ले सके Thank you.
ਅੱਧੇ ਕੁ ਘੰਟੇ ਲਈ ਮੈਂ ਰਾਈਸ ਨੇ ਜਿਹੜੇ ਭਿਉਂ ਕੇ ਰੱਖ ਦੂੰਗੀ ਅਤੇ ਫਿਰ ਇਹ ਨਾ ਪੋਲੇ ਹੋ ਜਾਣਗੇ, ਫਿਰ ਇਹਨਾਂ ਨੂੰ ਹੱਥਾਂ ਦੇ ਨਾਲ ਮਸਲ ਨੂੰ ਬਰੀਕ ਹੋ ਜਾਣਗੇ ਅਤੇ ਖੀਰ ਇਹਨਾਂ ਦੀ ਬਹੁਤ ਟੇਸਟੀ ਬਣਦੀ ਆ। ਅਤੇ ਉਸ ਤੋਂ ਬਾਅਦ ਮੈਂ ਹੁਣ ਪਾਣੀ ਦਊਂਗੀ ਆਪਣੇ ਪੌਦਿਆਂ ਨੂੰ ਅਤੇ ਅੱਧੇ ਘੰਟੇ ਲਈ ਰੱਖ ਦੂੰਗੀ, ਚੌਲ ਭਿੱਜਣਗੇ ਅਤੇ ਉੱਧਰ ਆਪਾਂ ਪਾਣੀ ਦੇ ਦਾਂਗੇ। ਅਤੇ ਲਓ ਜੀ ਇੱਧਰ ਮੇਰਾ ਮਸਾਲਾ ਵੀ ਤਿਆਰ ਹੋ ਗਿਆ ਸੀ ਬਾਕ ਰਿੱਝ ਕੇ, ਅਤੇ ਆਪਾਂ ਇਹਦੇ ਵਿੱਚ ਕੱਦੂ ਆ ਜਿਹੜਾ ਮਿਕਸ ਕਰਤਾ ਥੋੜ੍ਹਾ ਜਿਹਾ, ਬਿਲਕੁਲ ਹੀ ਥੋੜ੍ਹਾ ਜਿਹਾ ਪਾਣੀ ਐਡ ਕਰਿਆ ਅਤੇ ਇਹਨੂੰ ਢੱਕ ਦਾਂਗੇ, ਬਣਦੀ ਰਹੂਗੀ। ਅਤੇ ਲਓ ਜੀ ਇੱਧਰ ਆ ਚੁੱਕੀ ਹਾਂ ਮੈਂ ਬਾਹਰ ਪਾਰਕ 'ਚ, ਅਤੇ ਆਪਾਂ ਦਿੰਦੇ ਹਾਂ ਪਾਣੀ ਪੌਦਿਆਂ ਨੂੰ। ਅਤੇ ਥੋੜ੍ਹੇ ਦਿਨਾਂ ਬਾਅਦ ਨਾ ਕੁਛ ਇਸ ਤਰ੍ਹਾਂ ਮਤਲਬ ਜੀ ਕਰਦਾ ਹੈ ਨਾ ਵੀ ਕੁਛ ਨਾ ਕੁਛ ਬਣਾ ਕੇ ਖਾਈਏ, ਅੱਜ ਮੈਨੂੰ ਇਹ ਸੀ ਵੀ ਮਿੱਠਾ ਬਣਾ ਕੇ ਖਾਈਏ, ਪਰ ਬਣਾਉਣੀ ਇਹ ਖੀਰ ਮੈਂ ਕੱਲ੍ਹ ਸੀ ਅਤੇ ਬਣੀ ਅੱਜ ਹੈਗੀ, ਬਣਾਉਂਗੀ ਮਤਲਬ ਅੱਜ, ਕਿਉਂਕਿ ਕੱਲ੍ਹ ਮੈਨੂੰ ਤੋਂ ਕੰਮ ਕਰਕੇ ਥੋੜ੍ਹੀ ਬਣੀ ਨਹੀਂ, ਅੱਜ ਮੈਂ ਕਿਹਾ ਚਲੋ ਬਣਾ ਹੀ ਲੈਂਦੇ ਹਾਂ। ਕਾਫੀ ਮਨ ਕਰ ਰਿਹਾ ਸੀ ਮੇਰਾ ਵੀ ਮਿੱਠਾ ਹੋਵੇ ਹੈ ਨਾ, ਸ਼ਾਮ ਦੇ ਟਾਈਮ ਖਾਈਏ ਠੰਡੀ ਠੰਡੀ ਖੀਰ। ਵੈਸੇ ਫਰਿੱਜ 'ਚ ਨਹੀਂ ਲਾਈ ਸੀ ਜੀ, ਐਸੇ ਤਰ੍ਹਾਂ ਹੀ ਖਾਧੀ ਸੀਗੀ, ਮਤਲਬ ਠੰਡੀ ਕਰਕੇ ਖਾ ਲਈ ਸੀ, ਪਰ ਫਰਿੱਜ ਵਾਲੀ ਨਹੀਂ ਖਾਧੀ ਸੀ। ਫਰਿੱਜ ਵਾਲੀ ਅੱਗੇ ਕਲੇਰ ਸਾਹਿਬ ਬਹੁਤ ਖਾਂਦੇ ਸੀ, ਪਰ ਹੁਣ ਮੈਨੂੰ ਇਹ ਵੀ ਜਿੰਨੀ ਖੀਰ ਵਧੀਆ ਤਾਜ਼ੀ ਤਾਜ਼ੀ ਲੱਗਦੀ ਹੈ ਨਾ, ਪਰ ਬਾਹਲੀ ਠੰਡੀ ਕਰਕੇ ਖਾਂਦੇ ਆ, ਮੈਂ ਵੀ ਖਾਂਦੀ, ਦੂਸਰੇ ਦਿਨ ਵਧੀਆ ਲੱਗਦੀ ਹੈ ਖੀਰ, ਜਿਵੇਂ ਕਿ ਅੱਜ ਬਣਾ ਲਈ ਦੂਸਰੇ ਦਿਨ ਵਧੀਆ ਲੱਗਦੀ ਹੈ ਠੰਡੀ ਖੀਰ ਤਾਜ਼ੀ। ਹਲੋ ਜੀ, ਆਪਾਂ ਬਣਾਉਂਦੇ ਹਾਂ ਖੀਰ, ਅਤੇ ਇਹਦੇ ਵਿੱਚ ਮਲਾਈ ਵੀ ਹੈ ਦੁੱਧ ਦੇ ਵਿੱਚ, ਕੱਲ੍ਹ ਵਾਲਾ ਰਾਜੇ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਹੋਰ ਪਾ ਲਾਂਗੇ। ਹਮੇ ਬਤਾਓ ਯੈਸ ਹਮੇ ਬਤਾਓ ਉਹ ਕਰ ਦੋ ਉਹ ਕਰ ਦੋ ਉਹ ਕਰ ਦੋ ਸਮੇ ਹੈ ਇਹ ਜੀ ਉਹ ਸਾਫ਼ ਕਰੀ ਹੋਈ ਜਿੱਧਰ ਦੁੱਧ ਨੂੰ ਉਬਾਲ ਆ ਚੁੱਕਿਆ, ਅਤੇ ਇੱਧਰ ਦੇਖੋ ਚੌਲ ਨੇ ਜਿਹੜੇ ਮੇਰੇ ਰਾਈਸ ਭਿੱਜ ਚੁੱਕੇ ਨੇ, ਦੇਖੋ ਇਸ ਤਰ੍ਹਾਂ ਨਾ ਮੈਂ ਮਸਲ ਮਸਲ ਕੇ ਇਹਨਾਂ ਨੂੰ ਬਰੀਕ ਕਰ ਲਏ, ਦੇਖੋ ਇਸ ਤਰ੍ਹਾਂ ਖੀਰ ਆ ਜਿਹੜੀ ਬਹੁਤ ਵਧੀਆ ਬਣੂਗੀ। ਖੜੇ ਖੜੇ ਜਿਹੜੇ ਰਾਈਸ ਹੁੰਦੇ ਨੇ ਉਹਨਾਂ ਦੀ ਖੀਰ ਨਹੀਂ ਵਧੀਆ ਬਣਦੀ, ਇਹ ਰਾਈਸ ਵਾਲੇ ਨੇ ਕੱਚੇ ਚੌਲ ਨੇ ਜੀ, ਮੈਂ ਹਮੇਸ਼ਾ ਖੀਰ ਆ ਜਿਹੜੀ ਇਹਨਾਂ ਦੀ ਬਣਾਉਂਦੀ ਹਾਂ, ਇਹਨਾਂ ਦੀ ਖੀਰ ਟੇਸਟੀ ਲੱਗਦੀ, ਜਦੋਂ ਕਈ ਵਾਰ ਨਾ ਹੋਵੇ ਉਹ ਗੱਲ ਵੱਖ ਆ ਜੀ, ਵੈਸੇ ਖੀਰ ਮੈਂ ਇਸੇ ਦੀ ਬਣਾਉਣੀ ਹੁੰਦੀ। ਕਾਫੀ ਦਿਨ ਹੋ ਗਏ ਸੀ ਘਰ ਮਿੱਠਾ ਬਣਿਆ ਨਹੀਂ ਸੀ, ਕੱਲ੍ਹ ਬਣਾਉਣਾ ਚਾਹੁੰਦੀ ਸੀ ਵੀ ਮਿੱਠਾ ਕੁਛ ਬਣਾਉਂਗੀ, ਕੱਲ੍ਹ ਇਹੋ ਜਿਹਾ ਕੁਛ ਹੋਇਆ, ਮਤਲਬ ਮਿਸਤਰੀ ਆ ਗਿਆ ਸੀ ਨਾ ਆਪਣੇ ਜਿਹੜਾ ਲਵਾ ਗਵਾ ਆਈ ਆ ਵਰਾਂਡੇ ਵਾਲੀ ਜਾਲੀ, ਉਹਦੇ ਡੋਰ ਕਲੋਜ਼ਰ ਜਿਹਾ ਲਾਉਣ ਆਇਆ ਸੀ ਅਤੇ ਲਾਈਟ ਨਹੀਂ ਸੀ ਮਿਸਤਰੀ, ਫਿਰ ਕਾਫੀ ਟਾਈਮ ਵੇਟ ਕੀਤਾ ਉਹਨਾਂ ਨੇ, ਤਾਂ ਕਰਕੇ ਫਿਰ ਮੇਰਾ ਕੰਮ ਵੀ ਰਹਿ ਗਿਆ ਸਾਰਾ। ਬਸ ਇਹਨੂੰ ਆਪਾਂ ਹੁਣ ਸਿਮ 'ਤੇ ਕਰ ਦਿੰਦੇ ਹਾਂ ਅਤੇ ਕੜੀ ਜਾਊਗੀ, ਕੜ ਕੜ ਕੇ ਵਧੀਆ ਖੀਰ ਬਣੂਗੀ, ਕਾਫੀ ਲੱਗ ਜੂ ਅੱਧਾ ਘੰਟਾ। ਨਿਸ਼ਾਨ ਆਪਾਂ ਕੀ ਦੇਵਾਂਗੇ? ਕੂਲ ਕੂਲ ਵਾਟਰ, ਕੂਲ ਕੂਲ ਵਾਟਰ ਪੀਵਾਂਗੇ। ਆਹ ਲਓ ਜੀ ਸਬਜ਼ੀ ਬਣ ਚੁੱਕੀ ਆ ਅਤੇ ਆਪਾਂ ਇਹਦੇ ਵਿੱਚ ਪਾਉਣੇ ਮਲਾਈ, ਦੁੱਧ ਬਾਅਦ 'ਚ ਦੇਖਦੇ ਜ਼ਰੂਰਤ ਪੈਗੀ ਤਾਂ ਪਾ ਲਾਂਗੇ, ਮਲਾਈ ਨਾਲ ਵੀ ਵੈਸੇ ਇਕੱਲੀ ਨਾਲ ਸਬਜ਼ੀ ਕਾਫੀ ਪੈ ਗਈ, ਇਸ ਤਰ੍ਹਾਂ ਹੀ ਸਬਜ਼ੀ ਵਧੀਆ ਲੱਗਦੀ ਹੈ ਇਹ ਪਤਲੀ। ਨਿਸ਼ਾਨ ਨਿਸ਼ਾਨ ਆ ਜਾ, ਕੂਲ ਕੂਲ ਵਾਟਰ ਦੇ ਮਾ, ਕੂਲ ਕੂਲ ਵਾਟਰ ਆ ਜਾ, ਕੂਲ ਕੂਲ ਵਾਟਰ। ਖੀਰ ਬਣ ਚੁੱਕੀ ਆ, ਇਹਦੇ ਵਿੱਚ ਆਪਾਂ ਪਾਉਣੇ ਚੀਨੀ, ਬਿਲਕੁਲ ਥੋੜ੍ਹੀ ਜਿਹੀ ਇਹਦੇ ਵਿੱਚ ਮੈਂ ਪਾਉਂਗੀ ਸ਼ੱਕਰ, ਸ਼ੱਕਰ ਦਾ ਟੇਸਟ ਵੀ ਵਧੀਆ ਆਊਗਾ, ਨਹੀਂ ਤਾਂ ਕਲਰ ਜਿਹਾ ਵਧੀਆ ਹੋ ਜਾਊਗਾ। ਖੀਰ ਵੀ ਲਗਭਗ ਬਣ ਚੁੱਕੀ ਹੈ ਅਤੇ ਆਪਾਂ ਥੋੜ੍ਹੀ ਜਿਹੀ ਟੇਸਟ ਕਰਕੇ ਦੇਖਦੇ ਹਾਂ, ਮਿੱਠਾ ਵਗੈਰਾ ਚੈੱਕ ਕਰਦੇ ਹਾਂ। ਦੇਖੋ ਖੀਰ ਕਿੰਨੀ ਵਧੀਆ ਬਣਿਆ, ਬਾਕੀ ਕੁਛ ਨਹੀਂ ਪਾਇਆ, ਡਰਾਈ ਫਰੂਟਸ ਵਗੈਰਾ ਮੈਂ ਕੁਛ ਨਹੀਂ ਪਾਇਆ। ਹਾਂ ਦੇਖੋ, ਚਲੋ ਜੀ ਇਹਨੂੰ ਗੈਸ ਨੂੰ ਆਪਾਂ ਕਰਦੇ ਹਾਂ ਬੰਦ, ਖੀਰ ਆਪਣੀ ਬਣ ਚੁੱਕੀ ਹੈ, ਬਸ ਕਲੇਰ ਸਾਹਿਬ ਆ ਜਾਣ। ਸਬਜ਼ੀ ਵੀ ਮੇਰੀ ਬਣ ਗਈ, ਖੀਰ ਵੀ ਬਣ ਚੁੱਕੀ ਹੈ ਅਤੇ ਆਟਾ ਵੀ ਮੈਂ ਇੱਧਰ ਦੇਖੋ ਗੁੰਨਿਆ ਅਤੇ ਹੈਗਾ। ਚਲੋ ਜੀ ਥੋੜ੍ਹਾ ਜਿਹਾ ਮੈਂ ਖੀਰ ਨੂੰ ਟੇਸਟ ਕਰਦੀ ਹਾਂ, ਮਿੱਠਾ ਵਗੈਰਾ ਚੈੱਕ ਕਰਦੀ ਹਾਂ, ਬਾਕੀ ਕਲੇਰ ਸਾਹਿਬ ਆ ਗਏ, ਬਸ ਰੋਟੀ ਰੋਟੀ ਬਣਾਉਣੀ ਰਹਿ ਗਈ, ਫਿਰ ਬਣਾਉਂਗੀ ਰੋਟੀ ਤੇ ਮਿਲਦੇ ਹਾਂ ਥੋੜੀ ਦੇਰ ਬਾਅਦ।
ਸਹੀ लो जी खीर वाला तुसक मैं अंदर ही ले आई सी। मैं अंदर बह के हुण इत्थे खाना पीना सी खा ले सी, सारे काम हो गए सीगे, बस खीर खानी सी, पैण ही लगे सीगे। तो मैं क्या चलो फिर बैठ के खीर खाने नाले दा। तो बाकी की कहिंदे ने निशान नाल मस्ती मेरी चलती रहिंदी इस तरह ना, ठंडा ठंडा पानी पींदा अजकल वो आके, कूगा कूल कूल वाटर दो इस तरह बोलदा वो निखा जिहा बच्चा गा। इंग्लिश इन्नी ज़्यादा बोलदा, बहुत ज़्यादा इंग्लिश घोटदा वो। तो देखो इधर कपड़े भी रख रखे ने, मैं सुबह इन्हों की तय करूँगी। तो चलो जी खीर खाने, तो वीडियो का भी बस एंड करा, खीर खाण दे एंड कर देंगे। मैं पहले ही बोल दिनी हाँ जी, टेस्टी बनी है, टेस्टी है। बाँह दिखाओ बाँह, बाँह जी तो प्रेस लगी थी, आ देखो बाँह कि प्रेस लग गई ना। देख पिंदर कि प्रेस लगे का डैडी, हो दिखाई पिंदर, दिखायो पिंदर न प्रेस लगी दे। हला मैं भी अपनी खीर खाव, शक्कर पाई से थोड़ी जी क्या रोटी खा लिया तेन। चलो जी इस वीडियो तो आप इतनी एंड कर देंगे, मिलते हैं कल एक वधिया जी वीडियो के नाल। तद तक लिए सत श्री अकाल जी, हंसते रहो बसते रहो।